ਮੈਂ ਤੁਹਾਡੇ ਸਾਹਮਣੇ ਹਾਂ, ਮੈਂ ਤਾਂ ਕੋਈ ਲੱਗਦਾ ਮੇਰੀ ਤਰਫੋਂ ਡਾਇਰੈਕਟ ਜਾਂ ਇਨਡਾਇਰੈਕਟ ਅਗਰ ਸਾਬਿਤ ਹੋ ਵਜੇ ਕਿਸੇ ਤੁਹਾਨੂੰ ਥਾਣੇ ਦੇ ਨਾਂ ਤੇ ਮਹਿਕਮਾ ਮਾਲ ਦੇ ਨਾਂ ਤੇ ਤੁਹਾਡਾ ਪੈਸਾ ਨਾਜਾਇਜ਼ ਕਿ ਮੇਰੇ ਲੱਗਦੇ ਦੀ ਜੇਬ ਵਿੱਚ ਗਿਆ ਜਾਂ ਮੇਰੀ ਜੇਬ ਵਿੱਚ ਗਿਆ। ਇਹਨਾਂ 4 ਸਾਲਾਂ 'ਚ ਮੈਂ ਤੁਹਾਡੀ ਖਿਦਮਤ ਵਾਸਤੇ ਰਾਤ ਦਿਨ ਹਾਜ਼ਰ ਹਾਂ, ਹੱਥ ਚਾ ਕੇ ਦਸਾ ਸਕਦੇ। ਮੈਂ ਕਹਿੰਦਾ ਨਾ ਨਾ ਚਾਹੁੰਦਾ, ਲੋਕ ਤੁਰ ਪਵੇਨ ਦਫ਼ਤਰਾਂ ਦੇ ਵਿੱਚ, ਬਾਜ਼ਾਰਾਂ ਦੇ ਵਿੱਚ ਕਹਾਣੀਆਂ ਸੁਣੇ, ਮੇਰੇ ਇਤਸਾਬ ਕਰੇਨ, ਮੈਨ ਪਰਖੇਨ, ਮੈਨ ਤੋਲੇਨ, ਜੋ ਹਾਲਾਤ ਚੱਲਦੇ ਪੈਣ ਬੇਸ਼ੱਕ ਵੇਖੇ। ਅਗਰ ਕੋਈ ਗੱਲ ਹੋਵੇ ਮੈਂ ਜਵਾਬਦਾਰ। ਉਸ ਤੋਂ ਬਾਅਦ ਮੈਂ ਵੀ ਇਹ ਕੰਮ ਕਰ ਸਕਦਾ ਕਿ ਮੈਂ ਘਰ ਬਹਿ ਰਹਾ, ਜਿੰਨੀ ਹਾਲਾਤ ਚੱਲਦੇ ਪੈਣ, ਦਰਵਾਜ਼ੇ ਬੰਦ ਹੋ ਵਜੇ ਨਾ, ਜਾਂ ਅਗਲੇ ਬਾਹਰੋਂ ਦਰਵਾਜ਼ਾ ਖੜਕਾ ਕੇ ਲੱਗੇ ਵਜੇ ਨਾ, ਜਾਂ ਨੌਕਰ ਦੱਸੇ ਨਾ ਕਿ ਜੀ ਘਰ ਪਹੁੰਚੇ। ਗਰੀਬ ਬੰਦਾ ਤਾਂ ਬੇਚਾਰਾ ਪੁੱਛ ਵੀ ਨਹੀਂ ਸਕਦਾ ਵੀ ਘਰ ਕੋਈ ਦੇਖਦੇ ਗਏ। ਯਕੀਨ ਕਰੋ, ਮੈਂ ਆਪਣਾ ਫਰਜ਼ ਸਮਝ ਕੇ, ਆਪਣੀ ਡਿਊਟੀ ਸਮਝ ਕੇ ਸੁਬਹ ਸ਼ਾਮ ਕੋਸ਼ਿਸ਼ ਇਹ ਕਰੀ ਨਾ ਕਿ ਮੇਰੇ ਕਹਿ ਲੱਗਦੇ ਨੂੰ ਇਸ ਨਾ ਉਮੀਦੀ ਦਾ ਅਹਿਸਾਸ ਨਾ ਹੋਵੇ ਕਿ ਫਤਿਹ ਖਾਲਿਕ ਸਾਡੇ ਦਰਮਿਆਨ ਮੌਜੂਦ ਨਹੀਂ।